ਡਾਕਟਰ ਹਰਸ਼ੰਦਰ ਕੌਰ ਦੀ ਪੁਸਤਕ ਹੈ ਸਾਡੇ ਬੱਚੇ ਸਾਡੇ ਚਿਰਾਗ ਤੀਸਰਾ ਲੇਖ ਹੈ ਨਵੇਂ ਜੰਮੇ ਬੱਚੇ ਦੀ ਸੰਭਾਲ ਹਿੰਦੁਸਤਾਨ ਚ ਨਵੇਂ ਜੰਮੇ ਬੱਚੇ ਦੇ ਨਿਮਿਤ ਸਾਲਚਿਕ ਪੂਰਾ ਹਫਤਾ ਸਮਰਪਿਤ ਹੈ ਇਹ ਹਫਤਾ ਨਵੰਬਰ ਚ ਮਨਾਇਆ ਜਾਂਦਾ ਹੈ ਇਸ ਹਫਤੇ ਚ ਆਮ ਜਨਤਾ ਨੂੰ ਨਵੇਂ ਜੰਮੇ ਬੱਚੇ ਦੀ ਸੰਭਾਲ ਬਾਰੇ ਬਹੁਤ ਜ਼ਰੂਰੀ ਗੱਲਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਜਾਣਕਾਰੀ ਭਾਵੇਂ ਉਤ ਤੋਂ ਮਾਮੂਲੀ ਲੱਗੇ ਪਰ ਤਜਰਬਾ ਇਹ ਦੱਸਦਾ ਹੈ ਕਿ ਇਸ ਨਾਲਨੇਕ ਨਵੇਂ ਜੰਮੇ ਬੱਚੇ ਮੌਤ ਦੇ ਮੂੰਹ ਤੋਂ ਜਾਣ ਤੋਂ ਬਚ ਜਾਂਦੇ ਹਨ ਆਮ ਤੌਰ ਤੇ ਨਵੇਂ ਜੰਮੇ ਬੱਚੇ ਠੰਡ ਲੱਗਣ ਨਾਲ ਮਰਦੇ ਹਨ ਜਾਂ ਬਹੁਤ ਸਖਤ ਬਿਮਾਰ ਹੋ ਜਾਂਦੇ ਹਨ ਇਹਨਾਂ ਬੱਚਿਆਂ ਨੂੰ ਬੜੇ ਆਸਾਨ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਅਸਲ 'ਚ ਇਹ ਹਫਤਾ ਜਾਨਾਂ ਬਚਾਉਣ ਵਾਲੇ ਆਸਾਨ ਕਰੋਗੀ ਟੰਗਾ ਦਾ ਪ੍ਰਚਾਰ ਕਰਨ ਲਈ ਹੀ ਮਨਾਇਆ ਜਾਂਦਾ ਹੈ ਇਸ ਲਈ ਬੱਚਿਆਂ ਦੇ ਮਾਹਰਾਂ ਨੇ ਫੈਸਲਾ ਕੀਤਾ ਹੈ ਕਿ ਆਪਣੀ ਜਨਤਾ ਨੂੰ ਇਹ ਦੱਸਿਆ ਜਾਵੇ ਕਿ ਨਵੇਂ ਜੰਮੇ ਬੱਚੇ ਨੂੰ ਲੋੜੀਂਦੀ ਨਿਗ ਕਿਵੇਂ ਦਿੱਤੀ ਜਾਏ ਨਵੇਂ ਜੰਮੇ ਬੱਚੇ ਦਾ ਸਿਰ ਉਹਦੇ ਸਰੀਰ ਦੇ ਹਿਸਾਬ ਨਾਲ ਕੁਝ ਵੱਡਾ ਹੁੰਦਾ ਹੈ ਉਹਦੀ ਚਮੜੀ ਹੇਠਾਂ ਚਰਬੀ ਦੀ ਮਾਤਰਾ ਘੱਟ ਹੋਣ ਕਰਕੇ ਉਹ ਠੰਡ ਛੇਤੀ ਫੜਦਾ ਹੈ ਵਕਤ ਤੋਂ ਪਹਿਲਾਂ ਜੰਮੇ ਬੱਚੇ ਦਾ ਹੋਰ ਵੀ ਜ਼ਿਆਦਾ ਖਿਆਲ ਰੱਖਣਾ ਪੈਂਦਾ ਹੈ ਬੱਚੇ ਨੂੰ ਗਰਮੀ ਚਰਬੀ ਤੋਂ ਹੀ ਮਿਲਦੀ ਹੈ ਤੇ ਜੇ ਠੰਡ ਜ਼ਿਆਦਾ ਹੋਵੇ ਤਾਂ ਨਵੇਂ ਜੰਮੇ ਬੱਚੇ ਦੀ ਚਰਬੀ ਲੋੜਿੰਦੀ ਗਰਮੀ ਪੈਦਾ ਨਹੀਂ ਕਰ ਸਕਦੀ ਸੋ ਬੱਚਾ ਛੇਤੀ ਹੀ ਠੰਡ ਦੇ ਬੁਰੇ ਪ੍ਰਭਾਵੇ ਹੇਠ ਆ ਜਾਂਦਾ ਹੈ ਠੰਡ ਦੇ ਕਾਰਨ ਬੱਚੇ ਦੇ ਸਾਰੇ ਅੰਗਾਂ ਦੀਆਂ ਕੰਮਾਂ 'ਚ ਵਿਗਨ ਪੈ ਜਾਂਦਾ ਹੈ ਇਸ ਨਾਲ ਦਿਮਾਗ ਉੱਤੇ ਜਾਂ ਗੁਰਦੇ ਉੱਤੇ ਮਾਰੂ ਹਮਲਾ ਹੋ ਸਕਦਾ ਹੈ ਘਰਾਂ 'ਚ ਬੱਚੇ ਦੇ ਜੰਮਣ ਵੇਲੇ ਜਿਸ ਤਰ੍ਹਾਂ ਦੇ ਤਰੀਕੇ ਆਮ ਵਰਤੇ ਜਾਂਦੇ ਹਨ ਉਹ ਬੱਚੇ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਮਸਲਨ ਨਵੇਂ ਜੰਮੇ ਬੱਚੇ ਨੂੰ ਨੁਹਾ ਦਿੱਤਾ ਜਾਂਦਾ ਹੈ 올 ਦੇ ਬਾਰ ਹੋਂ ਤੱਕ ਬੱਚੇ ਨੂੰ ਕੱਪੜੇ ਨਾਲ ਟਕਿਆ ਨਹੀਂ ਜਾਂਦਾ ਬੱਚੇ ਨੂੰ ਮਾਂ ਦਾ ਦੁੱਧ ਪਿਆਉਣ 'ਚ ਦੇਰ ਕਰ ਦਿੱਤੀ ਜਾਂਦੀ ਹੈ ਜੇ ਬੱਚਾ ਜੰਮਦੇ ਸਾਰ ਨਾ ਰੋਵੇ ਤਾਂ ਉਹਦੇ ਮੂੰਹ ਤੇ ਪਾਣੀ ਛਿੜਕਿਆ ਜਾਂਦਾ ਹੈ ਆਰ ਤੁਸੀਂ ਆਪਣੇ ਘਰਾਂ 'ਚ ਇਹ ਸਾਰੀਆਂ ਗੱਲਾਂ ਹੁੰਦੀ ਵੇਖਦੇ ਹੋਗੇ ਪਰ ਤੁਹਾਨੂੰ ਕਦੀ ਖਿਆਲ ਹੀ ਨਹੀਂ ਆਇਆ ਹੁਣ ਕਿ ਇਸ ਤਰ੍ਹਾਂ ਕਰਕੇ ਮਾਵਾਂ ਦਾਇਆਂ ਜਾਂ ਨਾਨੀਆਂ ਦਾਦੀਆਂ ਬੱਚਿਆਂ ਨਾਲ ਵੈਰ ਕਮਾ ਰਹੀਆਂ ਹਨ ਇਹਨਾਂ ਸਾਰੇ ਕੰਮਾਂ ਤੋਂ ਬਚਣ ਦੀ ਲੋੜ ਹੈ ਇਹ ਨਹੀਂ ਕਰਨੇ ਪਰ ਜੋ ਜ਼ਰੂਰੀ ਕਰਨੇ ਚਾਹੀਦੇ ਹਨ ਉਹ ਏਓ ਹਨ ਜਿਸ ਕਮਰੇ ਚ ਜੱਚਾ ਹੋਵੇ ਉਹ ਕਮਰਾ ਨਿੱਗਾ ਹੋਣਾ ਚਾਹੀਦਾ ਹੈ ਤਾਂ ਜੋ ਨਵੇਂ ਜੰਮੇ ਬੱਚੇ ਨੂੰ ਪੂਰਾ ਨਿੱਗ ਮਿਲ ਸਕੇ ਦੂਸਰਾ ਬੱਚੇ ਨੂੰ ਜੰਮਦੇ ਸਾਰ ਸਾਫ਼ ਸੁੱਕੇ ਤੇ ਨਿੱਗੇ ਕੱਪੜੇ ਚ ਲਪੇਟ ਦੇਣਾ ਚਾਹੀਦਾ ਹੈ ਤੀਸਰਾ ਜਿੰਨੀ ਛੇਤੀ ਹੋ ਸਕੇ ਮਾਂ ਦਾ ਦੁੱਧ ਬੱਚੇ ਨੂੰ ਪਾਇਆ ਜਾਵੇ ਚੌਥਾ ਬੱਚੇ ਨੂੰ ਮਾਂ ਦੇ ਸਰੀਰ ਦੇ ਨਾਲ ਹੀ ਨਿੱਗ ਚ ਰੱਖਣਾ ਚਾਹੀਦਾ ਹੈ ਤਾਂ ਜੋ ਮਾਂ ਦਾ ਦੁੱਧ ਛੇਤੀ ਉਤਰੇ ਤੇ ਬੱਚਾ ਛੇਤੀ ਚੁੰਗਣਾ ਸ਼ੁਰੂ ਕਰ ਦੇਵੇ। ਅਗਲਾ ਨਵੇਂ ਜੰਮੇ ਬੱਚੇ ਨੂੰ ਖਿਡਾਉਣਾ ਸਮਝ ਕੇ ਬਹੁਤ ਹੱਥਾਂ 'ਚ ਨਹੀਂ ਫਰਾਉਣਾ ਚਾਹੀਦਾ। ਠੰਡ ਤੋਂ ਬਚਾਉਣ ਲਈ ਬੱਚੇ ਨੂੰ ਜ਼ਿਆਦਾ ਨਿੱਘੇ ਕੱਪੜੇ ਪਾਉਣੇ ਚਾਹੀਦੇ ਹਨ। ਬੱਚੇ ਨੂੰ ਇੱਕ ਦੂਜੇ ਤੋਂ ਇੱਕ ਤੋਂ ਦੂਜੇ ਕਮਰੇ 'ਚ ਲਿਜਾਣ ਲੱਗਿਆਂ ਨਰਮ ਕੰਬਲ ਜਾਂ ਮੋٹے ਕੱਪੜੇ ਚਲਪੇਟਣਾ ਚਾਹੀਦਾ ਹੈ। ਅਗਲਾ ਘੱਟ ਭਾਰ ਵਾਲੇ ਕਮਜ਼ੋਰ ਬੱਚੇ ਨੂੰ ਮਾਂ ਦੀ ਛਾਤੀ ਨਾਲ ਹੀ ਪਾ ਕੇ ਉੱਤੋਂ ਢੱਕਣਾ ਚਾਹੀਦਾ ਹੈ ਜਿਵੇਂ ਕਿ ਕਾਂਗਰੂ ਮਾਂ ਆਪਣੇ ਬੱਚੇ ਨੂੰ ਚਮੜੀ ਨਾਲ ਲਾ ਕੇ ਨਿਘ ਦਿੰਦੀ ਹੈ। ਅਗਲਾ ਆਪਣੇ ਹੱਥ ਧੋ ਕੇ ਸਾਫ਼ ਕੱਪੜੇ ਨਾਲ ਪੂੰਝ ਕੇ ਹੀ ਬੱਚੇ ਨੂੰ ਝੁਕਣਾ ਚਾਹੀਦਾ ਹੈ। ਅਗਲਾ ਖੰਗ, ਜ਼ੁਕਾਮ, ਬੁਖਾਰ ਵਾਲੇ ਬੰਦੇ ਨੂੰ ਨਵੇਂ ਜੰਮੇ ਬੱਚੇ ਤੋਂ ਪਰੇ ਹੀ ਰੱਖਣਾ ਚਾਹੀਦਾ ਹੈ ਤਾਂ ਕਿ ਜੱਚਾ ਤੇ ਬੱਚੇ ਨੂੰ ਕਿਟਾਣੂ ਰਹਿਤ ਹਵਾ ਮਿਲ ਸਕੇ। ਅਗਲਾ ਨਵੇਂ ਜੰਮੇ ਬੱਚੇ ਨੂੰ ਇੱਕਦਮ ਨਵਾਉਣ ਦੀ ਲੋੜ ਨਹੀਂ ਹੁੰਦੀ। ਅਗਲਾ ਬੱਚੇ ਨੂੰ ਜੇ ਠੰਡ ਲੱਗ ਚੁੱਕੀ ਹੋਵੇ ਤਾਂ ਉਹਦੀਆਂ ਨਿਸ਼ਾਨੀਆਂ ਇਹ ਹੁੰਦੀਆਂ ਹਨ ਹਿੱਲਣਾ ਜੁਲੜਣਾ ਘੱਟ ਹੋ ਜਾਂਦਾ ਹੈ ਰੋਣਾ ਬੰਦ ਹੋ ਜਾਂਦਾ ਹੈ ਦੁੱਧ ਪੀਣਾ ਛੱਡ ਦਿੰਦਾ ਹੈ ਚਮੜੀ ਬਿਲਕੁਲ ਠੰਡੀ ਹੋ ਜਾਂਦੀ ਹੈ ਹੱਥਾਂ ਪੈਰਾਂ ਤੇ ਸੋਜਿਸ਼ ਹੋ ਸਕਦੀ ਹੈ ਹੱਥ ਪੈਰ ਤੇ ਮੂੰਹ ਲਾਲ ਹੋ ਸਕਦੇ ਹਨ ਧੜਕਣ ਘੱਟ ਜਾਂਦੀ ਹੈ ਸਾਹ ਰੁਕ ਜਾਂਦਾ ਹੈ ਸਰੀਰਕ ਤਾਪਮਾਨ 85 ਤੋਂ 95 ਡਿਗਰੀ ਹੋ ਜਾਂਦਾ ਹੈ ਫੇਫੜੇ ਅੰਦਰ ਤੇ ਦਿਮਾਗ ਚ ਖੂਨ ਚੱਲ ਸਕਦਾ ਹੈ ਸਰੀਰ 'ਚ ਮਿੱਠੇ ਦੀ ਮਾਤਰਾ ਘਟ ਜਾਂਦੀ ਹੈ 10% ਬੱਚੇ ਮਰ ਜਾਂਦੇ ਆ 10% ਠੀਕ ਹੋਏ ਬੱਚਿਆਂ ਵਿੱਚ ਵੀ ਦਿਮਾਗੀ ਨੁਕਸ ਹਮੇਸ਼ਾ ਲਈ ਰਹਿ ਜਾਂਦਾ ਹੈ ਜੇ ਤਾਂ ਨਿਗ ਦੇਣ ਨਾਲ ਹੀ ਬੱਚੇ ਦੀ ਹਾਲਤ ਸੁਧਾਰ ਹੋਣਾ ਸ਼ੁਰੂ ਹੋ ਜਾਏ ਤਾਂ ਚੰਗੀ ਗੱਲ ਹੈ ਪਰ ਜੇ ਫਰਕ ਨਾ ਪੈਂਦਾ ਹੋਏ ਤਾਂ ਇੱਕਦਮ ਬੱਚੇ ਨੂੰ ਨਿੱਗੇ ਕੱਪੜਿਆਂ 'ਚ ਵਿਲੇਟ ਕੇ ਬੱਚਿਆਂ ਦੇ ਮਾਹਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਧੰਨਵਾਦ ਅਗਲਾ ਲੇਖ ਹੈ ਨਵੇਂ ਜੰਮੇ ਬੱਚਿਆਂ ਦੇ 21 ਰੋਗ ਜੋ ਰੋਗ ਨਹੀਂ ਹੁੰਦੇ ਨਵੇਂ ਜੰਮੇ ਬੱਚੇ ਨੂੰ ਵੇਖਣ ਦਾ ਚਾਸ ਸੱਤ ਸਮੁੰਦਰੋਂ ਪਾਰ ਵੀ ਬੰਦੇ ਨੂੰ ਖਿੱਚ ਲਿਆਉਂਦਾ ਪਰ ਨੇਰੇ ਵੇਖਣ ਨਾਲ ਕਦੇ ਵੀ ਕਿਸੇ ਦੀ ਤਸੱਲੀ ਨਹੀਂ ਹੁੰਦੀ ਉਹਨੂੰ ਚੁੰਮਣਾ ਉਹਦੀ ਹਰ ਰੰਗ ਨੂੰ ਹੱਥ ਲਾ ਲਾ ਟੋਹਣਾ ਉਹਦੇ ਨੱਕ ਕੰਨ ਮੱਥੇ ਨੂੰ ਛੂ ਛੂ ਨਿਰਣਾ ਕਰਨਾ ਕਿ ਉਹ ਮਾਂ ਤੇ ਗਿਆ ਹੈ ਕਿ ਪਿਓ ਤੇ ਗੱਲ ਕੀ ਬੱਚੇ ਦੇ ਨੈਣ ਨਕਸ਼ ਹੱਥ ਪੈਰ ਉਹਦਾ ਕਦ ਕਾਟ ਸਭ ਕੁਝ ਵੇਖਿਆ ਪਰਖਿਆ ਜਾਂਦਾ ਹੈ ਜੇ ਤਾਂ ਗੱਲ ਸਿਰਫ ਦੇਖਦਗਾਈ ਤੱਕ ਹੀ ਰਹੇ ਫਿਰ ਤਾਂ ਠੀਕ ਹੈ ਪਰ ਨਵੇਂ ਜੰਮੇ ਹਰ ਬੱਚੇ ਦੇ ਸਰੀਰ ਉੱਤੇ ਕੁਝ ਅਜਿਹੇ ਨਿਸ਼ਾਨੀਆਂ ਹੁੰਦੀਆਂ ਜੋ ਹਾਨੀਕਾਰਕ ਨਹੀਂ ਹੁੰਦੀਆਂ ਪਰ ਅਣਜਾਣਾਂ ਨੂੰ ਆਕਾਰਨ ਫਿਕਰ ਪਾ ਦਿੰਦੀਆਂ ਜੇ ਡਾਕਟਰ ਦੀ ਸਲਾਹ ਲਈ ਜਾਏ ਤਾਂ ਝੱਟ ਦੱਸ ਦੇਗਾ ਕਿ ਫਿਕਰ ਕਰਨ ਦੀ ਲੋੜ ਨਹੀਂ ਵਕਤ ਨਾਲ ਆਪਣੇ ਆਪ ਠੀਕ ਹੋ ਜਾਣਗੇ ਇਹ ਨਿਸ਼ਾਨੀਆਂ ਕੁਝ ਇਸ ਤਰ੍ਹਾਂ ਦੀਆਂ ਹਨ ਪਹਿਲਾ ਬੱਚੇ ਦੇ ਜਬਾੜੇ ਦਾ ਜਾਂ ਉਹਦੀ ਹੱਡੀ ਦਾ ਕੰਬਾ ਦੂਸਰਾ ਠੰਡ ਕਾਰਨ ਹੱਥਾਂ ਪੈਰਾਂ ਦਾ ਨੀਲੇ ਪੈ ਜਾਣਾ ਜਾਂ ਚਿੱਤ ਕਬਰਾ ਹੋ ਜਾਣਾ ਨੈਕਸਟ ਮੱਥੇ ਤੋਂ ਲੈ ਕੇ ਧੁੰਨੀ ਦੇ ਹੀਠਾਂ ਤੱਕ ਅੱਧਾ ਸਰੀਰ ਲਾਲ ਤੇ ਅੱਧਾ ਪੀਲਾ ਪੈ ਜਾਣਾ ਅੰਗਰੇਜ਼ੀ ਚ ਇਹਨੂੰ ਹਾਇਰਲਿਕਿਊਨ ਕਲਰ ਚੇਂਜ ਕਿਹਾ ਜਾਂਦਾ ਹੈ ਨੀਲੇ ਰੰਗ ਦੇ ਗਾੜੇ ਦਾਗ ਜੋ ਪਿੱਠ ਜਾਂ ਲੱਤਾਂ ਉਤੇ ਹੁੰਦੇ ਹਨ ਇਹ ਦਾਗ 1 ਸਾਲ ਦੀ ਉਮਰ ਤੋਂ ਪਹਿਲਾਂ ਹੀ ਆਪਣੇ ਆਪ ਸਾਫ਼ ਹੋ ਜਾਂਦੇ ਹਨ ਨੈਕਸਟ ਵਕਤ ਪਹਿਲਾਂ ਜੰਮੇ ਬੱਚੇ ਦੇ ਮੱਥੇ ਮੂੰਹ ਮੋਢਿਆਂ ਜਾਂ ਪਿੱਠੋ ਤੇ ਵਾਲ ਹੁੰਨੇ ਸਮੇਂ ਨਾਲੇ ਵਾਲ ਆਪਣੇ ਆਪ ਛੱਡ ਜਾਂਦੇ ਹਨ ਨੈਕਸਟ ਜੰਮਣ ਤੋਂ ਦੂਜੇ ਜਾਂ ਤੀਜੇ ਦਿਨ ਬੱਚੇ ਦੀ ਚਮੜੀ ਤੇ ਬਰੀਕ ਬਰੀਕ ਚਿੱਟੇ ਦਾਣੇ ਨਿਕਲ ਆਉਂਨੇ ਕਈ ਹਾਲਤਾਂ 'ਚ ਇਹ ਦਾਣੇ ਹਫ਼ਤਾ ਭਰ ਰਹਿ ਸਕਦੇ ਹਨ ਨੈਕਸਟ ਬੱਚੇ ਦੇ ਗਲੇ ਠੋਡੀ ਪਿੱਠ ਜਾਂ ਬਾਹਾਂ ਉੱਤੇ ਸਾਫ਼ ਪਾਣੀ ਨਾਲ ਭਰੇ ਛਾਲੇ ਨਿਕਲ ਆਉਂਨੇ ਛਾਲੇ ਤਾਂ 2-3 ਦਿਨਾਂ ਦੇ ਅੰਦਰ-ਅੰਦਰ ਆਪੇ ਠੀਕ ਹੋ ਜਾਂਦੇ ਆ ਔਰ ਆਪਣੇ ਪਿੱਛੇ ਕਾਲੇ ਕਾਲੇ ਦਾਗ ਛੜ ਜਾਂਦੇ ਆ ਜੋ 2-3 ਮਹੀਨਿਆਂ ਤੱਕ ਵੀ ਰਹਿ ਸਕਦੇ ਆ ਨੈਕਸਟ ਨਿੱਕੇ ਨਿੱਕੇ ਚਿੱਟੇ ਰੰਗ ਦੇ ਸਖਤ ਦਾਣੇ ਬੱਚੇ ਦੇ ਮੱਥੇ ਨੱਕ ਜੰਗਲਾਂ ਉੱਤੇ ਪੈਦਾ ਹੋ ਜਾਣੇ ਜੋ ਕੁਝ ਹਫ਼ਤਿਆਂ ਚੱਪੇ ਠੀਕ ਹੋ ਜਾਂਦੇ ਆ ਨੈਕਸਟ ਮੂੰਹ ਦੇ ਅੰਦਰ ਜਬਾੜੇ ਉੱਤੇ ਤਾਂ ਤਾਲੂ ਉੱਤੇ ਮੋਤੀਆਂ ਵਾਂਗ ਚਮਕਦੇ ਦਾਣੇ ਹੋ ਜਾਣੇ ਜੋ ਆਪੇ ਠੀਕ ਹੋ ਜਾਂਦੇ ਆ ਨੈਕਸਟ ਸਖਤ ਗਰਮੀ ਦੇ ਮਹੀਨੇ 'ਚ ਬੱਚੇ ਨੂੰ ਜਨਮ ਦੇ ਦੂਜੇ ਜਾਂ ਤੀਜੇ ਦਿਨ ਹਲਕਾ ਬੁਖਾਰ ਹੋਣਾ ਇਹ ਬੁਖਾਰ ਥੋੜੀ ਦੇ ਰਹਿੰਦਾ ਹੈ ਬੱਚਾ ਵੀ ਚੁੱਸੇ ਨਾਲ ਦੁੱਧ ਚੁੰਗਦਾ ਰਹਿੰਦਾ ਹੈ ਬੱਚਾ 1-2 ਦਿਨ ਪੂਰਾ ਦੁੱਧ ਚੁੰਗਦਾ ਰਹੇ ਤੇ ਉਹਨੂੰ ਠੰਡੇ ਮਾਹੌਲ 'ਚ ਰੱਖਿਆ ਜਾਏ ਆਪੇ ਠੀਕ ਹੋ ਜਾਂਦਾ ਹੈ ਨੈਕਸਟ 60-70% ਨਵ ਜੰਮੇ ਬੱਚਿਆਂ ਨੂੰ ਜਨਮ ਤੋਂ ਦੂਜੇ ਜਾਂ ਤੀਜੇ ਦਿਨ ਹਲਕਾ ਪੀਲਿਆ ਹੋ ਜਾਂਦਾ ਹੈ ਜਿਸ ਨਾਲ ਧੁੰਨੀ ਤੱਕ ਬੱਚਾ ਹਲਕਾ ਪੀਲਾ ਨਜ਼ਰ ਆਉਣ ਲੱਗ ਪੈਂਦਾ ਹੈ ਇਹ 7 ਤੋਂ 10 ਦਿਨਾਂ 'ਚ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ ਅੱਛੇ ਬਾਲ ਡਾਕਟਰ ਨੂੰ ਵਿਖਾਉਣਾ ਜ਼ਰੂਰੀ ਹੁੰਦਾ ਹੈ ਜੇ ਬੱਚੇ ਦੇ ਜਨਮ ਦੇ ਪਹਿਲੇ 24 ਘੰਟਿਆਂ 'ਚ ਪੀਲੀਆ ਹੋ ਗਿਆ ਜਾਂ ਜਾਪੇ ਜਾਂ ਬੱਚੇ ਦੇ ਹੱਥ ਜਾਂ ਪੈਰ ਵੀ ਪੀਲੀ ਭਾ ਮਾਰਨ ਲੱਗ ਪੈਣ ਜਾਂ ਪੀਲੀਆ 2 ਹਫ਼ਤਿਆਂ ਤੋਂ ਵੱਧ ਰਹਿੰਦਾ ਦਿਸੇ ਅਗਲਾ ਬੱਚਾ ਜੰਮਣ ਤੋਂ 48 ਘੰਟਿਆਂ ਦੇ ਅੰਦਰ ਅੰਦਰ ਕਿਸੇ ਵੀ ਵੇਲੇ ਪਿਸ਼ਾਬ ਕਰ ਸਕਦਾ ਹੈ 24 ਘੰਟਿਆਂ 'ਚ ਨਵ ਜੰਮਿਆ ਬੱਚਾ ਪਹਿਲਾਂ ਪਹਿਲਾਂ 5 ਤੋਂ 10 ਵਾਰ ਤੱਕ ਪਿਸ਼ਾਬ ਕਰ ਲੈਂਦਾ ਹੈ ਨੈਕਸਟ 20 ਤੋਂ 25% ਨਵੀਆਂ ਜੰਮੀਆਂ ਕੁੜੀਆਂ ਵਿੱਚ ਜਨਮ ਤੋਂ 4 ਜਾਂ 5 ਦਿਨਾਂ ਬਾਅਦ ਮਾਹਵਾਰੀ ਵਾਂਗ ਹਲਕਾ ਖੂਨ ਪੈ ਸਕਦਾ ਹੈ ਜਾਂ ਜੋ 2 ਜਾਂ 4 ਦਿਨ ਬਾਅਦ ਕੇ ਆਪੇ ਠੀਕ ਹੋ ਜਾਂਦਾ ਹੈ ਨੈਕਸਟ ਇਸੇ ਤਰ੍ਹਾਂ ਹੀ ਕਾਫੀ ਨਵ ਜੰਮੀਆਂ ਕੁੜੀਆਂ 'ਚ ਗਾੜੇ ਚਿੱਟੇ ਰੰਗ ਦਾ ਪਾਣੀ ਵੀ ਬੱਚੇਦਾਨੀ ਦੇ ਮੂੰਹ ਤੇ ਦਿਖਾਈ ਦੇ ਸਕਦਾ ਇਹਨੂੰ ਨਾਰਮਲ ਸਮਝਣਾ ਚਾਹੀਦਾ ਹੈ ਨੈਕਸਟ ਨਵ ਜੰਮੇ ਬੱਚੇ ਨੂੰ ਦੁੱਧ ਪੀਣ ਬਾਅਦ ਹਿਚਕੀ ਜਾਂ ਜੰਮਦੇ ਸਰ ਨਿਛਾ ਵੀ ਆ ਸਕਦੀਆਂ ਹਨ ਇਹ ਨਹੀਂ ਸਮਝਣਾ ਚਾਹੀਦਾ ਕਿ ਬੱਚੇ ਨੂੰ ਜ਼ੁਕਾਮ ਹੋ ਗਿਆ ਹੋਵੇਗਾ ਨੈਕਸਟ ਮੁੰਡਾ ਹੋਵੇ ਜਾਂ ਕੁੜੀ ਬੱਚੇ ਦੇ ਜਨਮ ਦੇ ਤੀਜੇ ਤੋਂ ਚੌਥੇ ਦਿਨ ਵਿੱਚ ਉਹਦੀਆਂ ਛਾਤੀਆਂ ਦਾ ਉਭਾਰ ਵੇਖਿਆ ਜਾ ਸਕਦਾ ਹੈ ਇਹ ਮਾਂ ਦੇ ਹਾਰਮੋਨਾਂ ਕਰਕੇ ਹੁੰਦਾ ਹੈ ਕੁਝ ਹਫ਼ਤਿਆਂ ਚਾਪੇ ਠੀਕ ਹੋ ਜਾਂਦਾ ਹੈ ਇਹ ਸੁਭਾਰ ਨੂੰ ਨੱਪਣਾ ਦੱਬਣਾ ਜਾਂ ਟਕੋਰਨਾ ਨਹੀਂ ਚਾਹੀਦਾ ਨੈਕਸਟ ਨਵ ਜੰਮੇ ਬੱਚੇ ਦੀ ਜੀਬੇ ਹੇਠਾਂ ਬਰੀਕ ਤੰਦੂਆ ਨਾਰਮਲ ਹੋ ਸਕਦਾ ਹੈ ਸਿਰਫ ਜੇ ਜੀਬ ਦਾ ਸਿਰਾ ਵੀ ਹੇਠਾਂ ਮੁੜ ਰਿਹਾ ਹੋਵੇ ਤਾਂ 3 ਮਹੀਨਿਆਂ ਦੀ ਉਮਰ 'ਚ ਇਹਨੂੰ ਕਿਸੇ ਯੋਗ ਸਰਜਨ ਪਾਸੋਂ ਕਟਵਾ ਦੇਣਾ ਚਾਹੀਦਾ ਹੈ ਨੈਕਸਟ ਨਵ ਜੰਮੇ ਮੁੰਡੇ ਦੀ ਪਿਸ਼ਾਬ ਵਾਲੀ ਨਾਲੀ ਉੱਪਰਲੀ ਚਮੜੀ ਪਛਾਣੀ ਖਿੱਚੀ ਜਾ ਸਕਦੀ ਇਹਨੂੰ ਜ਼ੋਰ ਲਾ ਕੇ ਪਛਾਣ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ ਨੈਕਸਟ ਕੁਝ ਨਵ ਜੰਮੇ ਬੱਚਿਆਂ ਵਿੱਚ ਅੱਖ ਦੀ ਉੱਪਰਲੀ ਪੁਤਲੀ ਤੇ ਲਾਲੀ ਜਾਂ ਅੱਖ ਦੇ ਬਾਹਰਲੇ ਕੋਨੇ ਤੇ ਡੇਲੇ ਉਤੇ ਖੂਨ ਜੰਮਿਆ ਵੇਖਿਆ ਜਾ ਸਕਦਾ ਹੈ ਇਹ 2-3 ਹਫਤਿਆਂ ਚਾਪੇ ਠੀਕ ਹੋ ਜਾਂਦਾ ਹੈ ਨੈਕਸਟ ਜਨਮ ਦੀ ਮਿੱਠੀ ਤਰੀਕ ਤੋਂ ਬਾਅਦ ਜੰਮੇ ਬੱਚੇ ਦੇ ਸਰੀਰ ਤੋਂ ਚਮੜੀ ਦੀ ਪਤਲੀ ਪਰਤ ਜਾਂ ਪਪੜੀ ਉਤਰ ਸਕਦੀ ਹੈ ਮੈਂ ਇਸ ਲੇਖ ਚ ਨਵੇਂ ਜੰਮੇ ਬੱਚੇ ਦੇ ਸਰੀਰ ਚ ਜਿੰਨੇ ਵੀ ਰੋਗਾਂ ਵਾਂਗ ਦਿਸਣ ਵਾਲੇ ਚਿੰਨ ਪੈਦਾ ਹੁੰਦੇ ਦੱਸੇ ਹਨ ਇਹ ਸਮਾਂ ਪਾ ਕੇ ਆਪਣੇ ਆਪ ਠੀਕ ਹੋ ਜਾਣ ਵਾਲੇ ਹੁੰਦੇ ਹਨ ਰੋਗ ਨਹੀਂ ਹੁੰਦੇ ਇਸ ਲਈ ਨਾ ਘਬਰਾਉਣ ਦੀ ਲੋੜ ਹੁੰਦੀ ਹੈ ਨਾ ਅਨਾੜੀ ਦਾਈਆਂ ਜਾਂ ਵੈਦਾਂ ਤੋਂ ਦਵਾਦਾਰੂ ਲਿਆਉਣ ਦੀ ਲੋੜ ਹੁੰਦੀ ਹੈ। ਧੰਨਵਾਦ। ਅਗਲਾ ਲੇਖ ਹੈ ਨਵ ਜੰਮੇ ਬੱਚੇ ਦੀ ਟਿੱਡਪੀੜ। ਰੋਂਦਾ ਚੀਕਦਾ ਛੋਟਾ ਬੱਚਾ ਜਿੱਥੇ ਘਰਦਿਆਂ ਲਈ ਵਕਤ ਪਾ ਦਿੰਦਾ ਹੈ। ਉਥੇ ਆਂਢੀ ਗੁਆਂਢੀ ਵੀ ਆਪਣੀ ਨੀਂਦਰ ਖਰਾਬ ਹੁੰਦੀ ਵੇਖ। ਫਟ ਸਲਾਹ مشورہ ਦੇਣ ਲਈ ਆ ਹਾਜ਼ਰ ਹੁੰਦੇ ਹਨ। ਬੱਚਾ ਜੰਮਦੇ ਸਾਰ ਹਰ ਮਿਲਣ ਆਉਣ ਵਾਲੇ ਵਾਲਾ ਬੰਦਾ ਫਟ ਡਾਕਟਰ ਬਣ ਜਾਂਦਾ ਹੈ। ਜਿਨ੍ਹਾਂ ਮਹਿਮਾਨ ਉਹਨੀਆਂ ਸਲਾਹਾਂ ਤੇ ਉਹਨੇ ਇਲਾਜ ਤੋ ਕੋ ਜ਼ੋਰੀ ਹਰ ਕੋਈ ਆਪਣਾ ਇਲਾਜ ਥੱਪੀ ਜਾਂਦਾ ਸੌਂਫ ਜਵੈਣ ਹਿੰਗ ਦੇਸੀ ਚਾਹ ਕਦੇ ਕਦਾਈ ਅਫੀਮ ਵੀ ਬੱਚੇ ਨੂੰ ਦਿੱਤੀ ਜਾਂਦੀ ਹੈ ਪਰ ਉਨੀਆਂ ਹੀ ਪਾਬੰਦੀਆਂ ਖਾਣ ਪੀਣ ਵਿੱਚ ਮਾਂ ਉੱਤੇ ਲਾਗੂ ਹੋ ਜਾਂਦੀਆਂ ਜਦ ਕਿ ਇਹੋ ਜੇ ਨੀਮ ਹਕੀਮਾਂ ਨੂੰ ਕਿਸੇ ਇੱਕ ਨੂੰ ਵੀ ਇਹ ਨਹੀਂ ਪਤਾ ਹੁੰਦਾ ਕਿ ਬੱਚੇ ਨੂੰ ਢਿੱਡ ਭੀੜ ਹੋਵੇ ਤਾਂ ਉਹ ਕਿਵੇਂ ਰਹਿੰਦਾ ਭੁੱਖ ਲੱਗੀ ਹੋਵੇ ਤਾਂ ਉਹਦੇ ਬਿਲਕਣ ਦੀ ਸੁਰ ਕਿਹੋ ਜੀ ਹੁੰਦੀ ਹੈ ਬੂਹੇ ਬਾਰੀਆਂ ਜ਼ੋਰ ਨਾਲ ਅਚਾਨਕ ਬੰਦ ਕਰਨ ਤੇ ਕਾਰਨ ਬੱਚਾ ਕਿਵੇਂ ਰਹਿੰਦਾ ਮਾਪਿਆਂ ਲਈ ਬੱਚੇ ਦੀ ਢਿੱਡ ਪੇਟ ਦੀਆਂ ਨਿਸ਼ਾਨੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕੁਝ ਨਿਸ਼ਾਨੀਆਂ ਸ਼ਾਮ ਨੂੰ ਵੇਲੇ ਬੱਚੇ ਦਾ ਤਿੰਗੜਨਾ, ਲੱਤਾਂ ਇਕੱਠੀਆਂ ਕਰਕੇ ਜ਼ੋਰ ਲਾਉਣਾ, ਮੂੰਹ ਲਾਲ ਕਰ ਲੈਣਾ, ਚੀਕਾਂ ਮਾਰ ਕੇ ਜ਼ਾਰ-ਜ਼ਾਰ ਰੋਣਾ, ਤਿੰਨ-ਚਾਰ ਘੰਟੇ ਹਾਲ ਪਾਰਿਆ ਆਪਾਂ ਕੇ ਚੁੱਪ ਹੋ ਜਾਣਾ ਤੇ ਹਫ਼ਤਿਆਂ ਬੱਧੀ ਇਸੇ ਤਰ੍ਹਾਂ ਦਿਨੇ ਠੀਕ ਰਾਤ ਨੂੰ ਰੋਂਦੇ ਰਹਿਣਾ। ਆਮ ਤੌਰ ਉਤੇ 4 ਕੁ ਮਹੀਨੇ ਦੀ ਉਮਰ ਤੇ ਜਾ ਕੇ ਬੱਚੇ ਆਪਣੇ ਆਪ ਠੀਕ ਹੋ ਜਾਂਦੇ ਹਨ। ਇਸ ਢਿੱਡ ਪੇਟ ਦਾ ਆਮ ਕਾਰਨ ਤਾਂ ਪੇਟ ਦੀ ਗੈਸ ਹੀ ਮੰਨੀ ਜਾਂਦੀ ਹੈ ਪਰ ਵਿਗਿਆਨੀਆਂ ਨੇ ਹੋਰ ਵੀ ਕਈ ਅਨੁਮਾਨ ਲਾਏ ਹੋਏ ਹਨ ਜਿਨ੍ਹਾਂ ਚ ਸਭ ਤੋਂ ਵੱਧ ਤਾਂ ਬੋਤਲ ਰਾਈ ਦੁੱਧ ਪਿਆਉਣਾ ਹੈ ਉਹਨੇ ਬੋਤਲ ਨਾਲ ਹਵਾ ਲੰਘਾਉਣ ਕਰਕੇ ਢਿੱਡ 'ਚ ਗੈਸ ਬਣਨ ਲੱਗ ਪੈਂਦੀ ਹੈ ਜਾਂ ਲਵੇਰੀਆਂ ਦਾ ਦੁੱਧ ਚੰਗੀ ਤਰ੍ਹਾਂ ਨਾ ਹজম ਕਰ ਸਕਣ ਨਾਲ ਫਾਰਾ ਬਣ ਜਾਂਦਾ ਹੈ ਕਾਰਨ ਕੁਝ ਵੀ ਹੋਵੇ ਬੋਤਲ ਦਾ ਦੁੱਧ ਤਾਂ ਛੱਡਣ ਵਿੱਚ ਹੀ ਫਾਇਦਾ ਹੈ ਨੈਕਸਟ ਕਈ ਵਾਰ ਤਾਂ ਲਵੇਰੀਆਂ ਦੇ ਦੁੱਧ ਤੋਂ ਬੱਚੇ ਨੂੰ ਅਲਰਜੀ ਵੀ ਹੋ ਜਾਂਦੀ ਹੈ ਜੇ ਬੱਚਾ ਦੁੱਧ ਵਿੱਚਲੇ ਲੈਕਟੋਜ਼ ਨੂੰ ਨਾ ਹজম ਕਰ ਸਕੇ ਤਾਂ ਵੀ ਬੱਚੇ ਦੇ ਢਿੱਡ 'ਚ ਵੱਟ ਫਿਰਨ ਲੱਗ ਪੈਂਦਾ ਹੈ। ਉਹਨੂੰ ਢਿੱਡ ਪੇੜ ਹੋ ਸਕਦੀ ਹੈ। ਅੰਤੜੀਆਂ ਦੇ ਕੁਝ ਹਾਰਮੋਨ ਵਧਣ ਕਾਰਨ ਵੀ ਦਰਦ ਹੋ ਜਾਂਦਾ ਹੈ। ਨੈਕਸਟ ਮਾਂ ਜੇ ਬੱਚੇ ਦੇ ਜਨਮ ਤੋਂ ਪਹਿਲਾਂ ਚਿੰਤਾ 'ਚ ਸਮਾ ਲੰਘਾਰੀ ਹੋਵੇ ਤਾਂ ਜੰਮਣ ਤੋਂ ਬਾਅਦ ਉਹਦੇ ਬੱਚੇ ਨੂੰ ਢਿੱਡ ਪੇੜ ਜ਼ਿਆਦਾ ਰਹਿੰਦੀ ਹੈ ਤੇ ਬੱਚਾ ਜ਼ਿਆਦਾ ਰੋਂਦਾ ਰਹਿੰਦਾ ਹੈ। ਕੁਝ ਵਿਗਿਆਨੀਆਂ ਨੇ ਤਾਂ ਇਹ ਵੀ ਤੱਤ ਕੱਢ ਕੇ ਵੇਖਿਆ ਹੈ। ਜਿਨ੍ਹਾਂ ਮਾਵਾਂ ਨੂੰ ਮਾਹਵਾਰੀ ਸਮੇਂ ਪੇਟ 'ਚ ਦਰਦ ਜ਼ਿਆਦਾ ਰਹਿੰਦਾ ਹੋਵੇ ਉਹਨਾਂ ਦੇ ਬੱਚਿਆਂ ਵਿੱਚ ਵੀ ਢਿੱਡ ਪੀੜ ਆਮ ਤੌਰ ਤੇ ਜ਼ਿਆਦਾ ਹੀ ਹੁੰਦੀ ਹੈ। ਨੈਕਸਟ ਜਿਨ੍ਹਾਂ ਮਾਵਾਂ ਨੂੰ ਸਿਗਰਟ ਪੀਣ ਦਾ ਸ਼ੌਕ ਹੋਵੇ ਜਾਂ ਜ਼ਿਆਦਾ ਚਾਕਲੇਟ ਜਾਂ ਜੂਸ ਪੀਣ ਦਾ ਉਹਨਾਂ ਦੇ ਬੱਚਿਆਂ ਨੂੰ ਵੀ ਢਿੱਡ ਪੀੜ ਰਹਿ ਸਕਦੀ ਹੈ। ਮਾਂ ਦਾ ਦੁੱਧ ਘੱਟ ਬਣ ਰਿਹਾ ਹੋਵੇ ਜਾਂ ਬੱਚਾ ਪੈਦਾਇਸ਼ ਵੇਲੇ ਤੋਂ ਹੀ ਕਮਜ਼ੋਰ ਹੋਵੇ ਤਾਂ ਢਿੱਡ ਪੀੜ ਤਾਂ ਪਈ ਜ਼ਿਆਦਾ ਹੋਣੀ ਹੋਈ। ਆਖਰ ਭੁੱਖ ਨਾਲ ਕੜਵਲ ਤਾਂ ਪੈ ਹੀ ਜਾਂਦੇ। ਕੁਝ ਬੱਚੇ ਜ਼ਿੱਦੀ ਸੁਭਾਅ ਦੇ ਹੁੰਦੇ ਆ ਜੰਮਣ ਵਾਲੇ ਤੋਂ ਹੀ ਆਪਣੀ ਜ਼ਿੱਦ ਮਨਵਾਉਣ ਦਾ ਸੌਖਾ ਢੰਗ ਲੱਭ ਲੈਂਦੇ ਆ ਕਿ ਜੇ ਮਾਪਿਆਂ ਦੀ ਗੋਦ ਤੇ ਝੂਟੇ ਲੈਣੇ ਆ ਤਾਂ ਦਬਾ ਕੇ ਰੋਣਾ ਪਵੇਗਾ ਤੇ ਕੁਝ ਮਾਵਾਂ ਉਮਰ ਘਟ ਹੋਣ ਕਰਕੇ ਜਾਂ ਸਮਝ ਘਟ ਹੋਣ ਕਰਕੇ ਬੱਚੇ ਦੇ ਰੋਣ ਦੇ ਕਾਰਨ ਦਾ ਪਤਾ ਹੀ ਨਹੀਂ ਲਾ ਸਕਦੀਆਂ ਤਾਂ ਬੇਜ਼ੁਬਾਨ ਬੱਚਾ ਵਿਚਾਰਾ ਰੋ ਰੋਨੇ ਢਾਲ ਹੋ ਜਾਂਦਾ ਉੱਤੋਂ ਦੇਸੀ ਜਵਲਾਈਤੀ ਕੌੜੀਆਂ ਦਵਾਈਆਂ ਦਾ ਢੇਰ ਨੈਕਸਟ ਵੇਖਿਆ ਗਿਆ ਕਿ ਸੰਤੁਸ਼ਟ ਸਿਹਤਮੰਦ ਮਾਂ ਜਿਹਦੇ ਖੂਨ ਹੈਮੋਗਲੋਬਿਨ 11 ਗ੍ਰਾਮ ਹੋਵੇ ਚੰਗੀ ਖੁਰਾਕ ਚੰਗੇ ਮਾਹੌਲ 'ਚ ਰਹਿੰਦੀ ਹੋਵੇ ਬੱਚਾ ਵੀ ਸੁਭਾਅ ਵੱਲੋਂ ਸੰਤੁਸ਼ਟ ਹੀ ਹੁੰਦਾ ਹੈ ਜ਼ਿਆਦਾ ਰੋ ਰੋ ਕੇ ਅਸਮਾਨ ਸਿਰ ਤੇ ਨਹੀਂ ਚੁੱਕਦਾ ਨੈਕਸਟ ਜਦੋਂ ਇਹ ਪਤਾ ਲੱਗ ਹੀ ਚੁੱਕਿਆ ਹੈ ਕਿ ਬੋਤਲ ਪੀਣ ਵਾਲੇ ਬੱਚਿਆਂ ਵਿੱਚ ਢਿੱਡ ਪੀੜ ਦੀ ਤਕਲੀਫ ਜ਼ਿਆਦਾ ਹੁੰਦੀ ਹੈ ਤਾਂ ਕਿ ਇਹ ਚੰਗਾ ਨਹੀਂ ਕਿ ਆਪਣੇ ਬੱਚੇ ਸਿਰਫ ਮਾਂ ਦੇ ਦੁੱਧ ਤੇ ਹੀ ਪਾਲੇ ਜਾਣ ਤਾਂ ਕਿ ਉਹਨਾਂ ਨੂੰ ਘੱਟ ਤਕਲੀਫ ਹੋਵੇ ਜਵੈਣ ਸੌਂਫ ਉਬਾਲ ਕੇ ਕਦੇ ਕਦਾਈਂ ਕੱਦ ਬੂੰਦ ਬੱਚੇ ਨੂੰ ਪਿਆਉਣ ਦਾ ਕੋਈ ਨੁਕਸਾਨ ਨਹੀਂ ਬੱਚੇ ਨੂੰ ਮਾਂ ਦਾ ਦੁੱਧ ਪਿਆ ਕੇ ਮੋਢੇ ਨਾਲ ਲਾ ਕੇ ਥਾਪੜਨਾ ਚਾਹੀਦਾ ਹੈ ਤਾਂ ਕਿ ਬੱਚਾ ਡਕਾਰ ਮਾਰ ਸਕੇ ਉਸ ਤੋਂ ਬਾਅਦ ਮੰਝੀ ਤੇ ਬੱਚੇ ਦਾ ਸਿਰ ਉੱਚਾ ਚੁੱਕ ਕੇ ਸਜੇ ਹੱਥ ਵੱਲ ਪਾਸਾ ਮੋੜ ਕੇ ਪਾ ਦੇਣਾ ਚਾਹੀਦਾ ਹੈ ਤਾਂ ਜੋ ਛੇਤੀ ਦੁੱਧ ਹਜ਼ਮ ਹੋ ਸਕੇ ਤੇ ਬੱਚੇ ਦੀ ਹਵਾ ਸਰ ਸਕੇ ਡਾਕਟਰੀ ਇਲਾਜ ਤੇ ਜ਼ਿਆਦਾ ਜ਼ੋਰ ਨਹੀਂ ਦੇਣਾ ਚਾਹੀਦਾ ਘੁਮਾਉਣਾ ਫੇਰਾਉਣਾ ਪਾਸਾ ਦਿਵਾਉਣਾ ਕੱਪੜੇ ਬਦਲਨੇ ਪੁੰਘੂੜੇ ਚ ਪਾਉਣਾ ਪਿਆਰ ਨਾਲ ਖਿਲਾਉਣਾ ਆਦ ਬੱਚੇ ਨੂੰ ਆਰਾਮ ਦਿਵਾਉਣ ਲਈ ਕਾਫੀ ਫਾਇਦੇਮੰਦ ਸਾਬਤ ਹੁੰਦੇ ਹਨ ਕੁਝ ਦੇਰ ਆਪਣੇ ਢਿੱਡ ਤੇ ਬੱਚੇ ਨੂੰ ਪੁੱਠਾ ਪਾ ਕੇ ਪਿੱਠ ਥਾਪੜਨ ਨਾਲ ਵੀ ਬੱਚੇ ਦੀ ਹਵਾ ਸਰ ਹੋ ਜਾਂਦੀ ਹੈ ਘਰ ਦਾ ਮਾਹੌਲ ਖੁਸ਼ਗਵਾਰ ਬਣਾ ਕੇ ਜ਼ਿਆਦਾ ਵਕਤ ਬੱਚੇ ਨਾਲ ਹੱਸਣ ਖੇਡਣ ਚ ਲਾਉਣ ਨਾਲ ਬੱਚਾ ਆਪਣੇ ਆਪ ਹੀ ਮਿੱਠ ਬੋਲੜੇ ਸੁਭਾਅ ਦਾ ਪੈ ਜਾਂਦਾ ਹੈ ਇਹ ਹੁਣ ਤੁਹਾਡੇ ਆਪਣੇ ਤੇ ਹੈ ਕਿ ਆਪਣੇ ਬੱਚੇ ਦੀ ਪਿਆਰੀ ਗੁੱਟਰਗੂੰਹ ਸੁਣਨੀ ਹੈ ਜਾਂ ਸੰਗ ਪਾੜ ਕਾਵਾਂ ਰੋਲੀ 单独啊。